हमारे कार है और ये हमें और ये हमारी पार्टी हो रही है। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਬਣਾਉਣ ਤੁਹਾਡੇ ਥੰਬਨੇਲ ਪੜ ਲਿਆਉਣ ਨਾਲੇ ਕੀ ਕਹਿੰਦਾ ਟਾਈਟਲ ਪੜ ਲਿਆਉਣਾ ਅਤੇ ਖੁਸ਼ੀ ਹੈ ਮੈਨੂੰ ਬਹੁਤ ਹੈ ਨਾ, ਮੈਂ ਕਮਾਏ ਨੇ ਆਪਦੇ ਪੈਸੇ। ਪਹਿਲਾਂ ਆ ਸੀ ਸਾਡੇ ਕੋਲ, ਫਿਰ ਮੈਂ ਆਹ ਬੈਂਚ ਲਾਈ ਹੈ ਅਤੇ ਹੁਣ ਅਸੀਂ ਆਹ ਲਿਆਂਦੀ, ਠੀਕ ਆ। ਸਾਰਾ ਦਿਖਾਉਣੇ ਇਹਦਾ ਜਿਗਾੜ, ਕਿੰਨੇ ਪੈਸੇ ਮੈਂ ਲਾਏ ਨੇ ਅਤੇ ਕਿੰਨੇ ਤੁਹਾਨੂੰ ਲੈਣੀ ਚਾਹੀਦੀ ਹੈ ਜਾਂ ਨਹੀਂ, ਕਿੰਨੇ ਲੀਟਰ ਹੈ ਨਾ, ਰੀਅਲ ਵੀਲ ਡਰਾਈਵ ਹੈ, ਫਰੰਟ ਵੀ, ਸਾਰਾ ਸਮਝਾਊਂਗਾ। ਹਾਂ ਦੇਖ ਲਓ, 6 ਸਿਲੰਡਰ ਅਤੇ ਕੋਮੋਡੋਰ ਗੱਡੀ ਦਾ ਨਾਮ ਹੈ ਅਤੇ ਬਾਕੀ ਵੀ ਸਾਰੀ ਡਿਟੇਲ ਦਊਂਗਾ ਹੁਣ ਇਹਦੇ ਬਾਰੇ, ਅਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲਿਓ। ਸਭ ਤੋਂ ਪਹਿਲਾਂ ਆਪਾਂ ਨੂੰ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਨਾ, ਵੀ ਜਿਹੜਾ ਆਪਾਂ ਨੂੰ ਸਹਾਰਾ ਦਿੰਦਾ। ਤਾਂ ਮੈਂ ਗੁਰਦੁਆਰੇ ਚੱਲਿਆ ਨਾ, ਜਿਵੇਂ ਮੇਰੀ ਮੰਮੀ ਨੇ ਕਿਹਾ ਸੀ ਨਾ, ਅਤੇ ਪਹਿਲਾਂ ਦਿਨ ਹੈ ਜ਼ਰੂਰ ਜਾਣਾ ਚਾਹੀਦਾ ਨਾ, ਅਤੇ ਆ ਕੇ ਜਾਂ ਫਿਰ ਉੱਥੇ ਤੁਹਾਨੂੰ ਦੱਸਾਂਗੇ ਕਾਰ ਬਾਰੇ, ਪੂਰਾ ਇੰਟੀਰੀਅਰ ਬਾਰੇ ਸਾਰੀ ਗੱਲ ਦੱਸਾਂਗੇ। ਚਲੋ ਜੀ ਚੱਲਦੇ ਹਾਂ। ਅਤੇ ਹੁਣ ਆਪਾਂ ਨਾ ਇੰਟੀਰੀਅਰ ਦੀ ਗੱਲ ਕਰ ਲੈਂਦੇ ਹਾਂ, ਅਤੇ ਪ੍ਰਾਈਜ਼ ਦੀ ਗੱਲ ਕਰ ਲੈਂਦੇ ਹਾਂ, ਇੰਜਣ ਦੀ ਗੱਲ ਕਰ ਲੈਂਦੇ ਹਾਂ, ਅਤੇ ਤੇਲ ਦੀ ਗੱਲ ਕਰ ਲੈਂਦੇ, ਅਤੇ ਇਹ ਸਟੂਡੈਂਟ ਨੂੰ ਲੈਣੀ ਚਾਹੀਦੀ ਹੈ ਜਾਂ ਨਹੀਂ, ਠੀਕ ਆ ਉਹ ਗੱਲਾਂ ਕਰਦੇ ਹਾਂ ਹੁਣ। ਅਤੇ ਇੰਟੀਰੀਅਰ ਬਹੁਤ ਵਧੀਆ ਨਾ, ਦੇਖੋ ਤੁਸੀਂ ਦੇਖ ਸਕਦੇ ਹੋ ਪੂਰਾ ਘੈਂਟ ਹੈ ਮੇਰੇ ਵਾਲੀ ਪਹਿਲਾਂ ਵਾਲੀ ਗੱਡੀ ਨੂੰ। ਪਹਿਲਾਂ ਵਾਲੀ ਗੱਡੀ ਦਾ ਪਰ ਹੈ ਵੀ 1400 ਦੀ ਸੀ, ਇਹ ਪੂਰੀ 10,000 ਦੀ ਪੈ ਜੂਗੀ ਕੁੱਲ ਮਿਲਾ ਕੇ, $10,000 ਕੈਸ਼, ਕਿਉਂਕਿ ਸਟੂਡੈਂਟ ਆ ਕਿਸ਼ਤਾਂ 'ਤੇ ਗੱਡੀਆਂ ਨਹੀਂ ਲੈ ਸਕਦਾ, ਤਾਂ ਮੈਂ ਕੈਸ਼ ਇਕੱਠਾ ਕਰ ਲਿਆ ਸੀ, ਬਸ ਕਰ ਲਿਆ ਇੱਕ ਤਰ੍ਹਾਂ ਦਾ, ਅਤੇ ਹੋ ਜਾਂਦੀ ਹੈ ਨਾ ਸੇਵਿੰਗ ਬਈ। ਅਤੇ ਕਿਉਂਕਿ ਮੈਨੂੰ ਘਰ ਭੇਜਣ ਦਾ ਲਾਲਚ ਨਹੀਂ, ਨਾ ਮੇਰੇ ਘਰਦੇ ਮੰਗਦੇ ਨੇ, ਕਿਉਂਕਿ ਉੱਥੇ ਜੋਬ ਉਹਨਾਂ ਲਵੇ ਸਾਰਿਆਂ ਲਵੇ, ਤਾਂ ਕਰਕੇ ਮੈਂ ਜੋੜ ਲਏ ਇੱਥੇ ਹੈ ਨਾ। ਅਤੇ ਬਾਕੀ ਥੋੜ੍ਹੇ ਬਹੁਤ ਘੱਟ ਗਏ ਸੀ, 1000-2000, ਉਹ ਇੱਧਰੋਂ ਉੱਧਰੋਂ ਹੈਲਪ ਹੋ ਗਈ ਹੈ ਨਾ। ਬਹੁਤ ਬਹੁਤ ਧੰਨਵਾਦ ਹੈ ਨਾ ਮੇਰੇ ਵੱਡੇ ਭਾਈ ਦਾ ਅਤੇ ਡੈਡੀ ਦਾ। ਅਤੇ ਬਾਕੀ ਇੰਜਣ ਦੀ ਗੱਲ ਕਰੀਏ, ਇੰਜਣ ਦਾ 3.2 ਲੀਟਰ ਹੈ, ਠੀਕ ਹੈ। ਆਮ ਗੱਡੀਆਂ ਦਾ 1.6 ਹੁੰਦਾ, ਅਤੇ 6 ਸਿਲੰਡਰ ਹੈ, SV6 ਕੋਮੋਡੋਰ, ਗੋਲਡਨ ਕੋਮੋਡੋਰ ਹੈ ਪੂਰਾ ਨਾਮ, SV6, ਠੀਕ ਹੈ। ਅਤੇ ਜ਼ਿਆਦਾਤਰ ਇਹਨੂੰ ਗੋਰੇ ਚਲਾਉਂਦੇ ਨੇ, ਔਜ਼ੀ ਗੋਰੇ ਨੇ ਜਿਹੜੇ, ਅਤੇ ਸਟੂਡੈਂਟ ਮੈਨੂੰ ਤਾਂ ਨਹੀਂ ਲੱਗਦਾ ਕੋਈ ਚਲਾਉਂਦਾ ਹੋਣਾ, ਕਿਉਂਕਿ ਇਹ ਤੇਲ ਬਹੁਤ ਖਾਂਦੀ ਹੈ। ਸਟੂਡੈਂਟ ਕਿਸੇ ਟਾਵੇਂ ਟੱਲੇ ਕੋਲ ਹੀ ਹੈ, ਅਤੇ ਉਹੀ ਰੱਖ ਸਕਦਾ ਨਾ ਜਿਹੜਾ ਜਿਗਰਾ ਰੱਖਦਾ ਥੋੜ੍ਹਾ ਜਿਹਾ। ਅਤੇ ਬਾਕੀ ਪੂਰੀ ਬਲੈਕ ਹੈ ਨਾ, ਪੂਰਾ ਐਗਜ਼ੌਸਟ ਪਿਆ ਹੋਇਆ, ਤੁਸੀਂ ਆਵਾਜ਼ ਸੁਣੀ ਹੋਣੀ ਸ਼ੁਰੂ 'ਚ। ਅਤੇ ਮੈਂ ਕਿਸੇ ਵੀ ਸਟੂਡੈਂਟ ਨੂੰ ਇਹ ਗੱਡੀ ਰੈਕਮੈਂਡ ਨਹੀਂ ਕਰਦਾ ਬਾਈ ਕਿ ਇਹ ਗੱਡੀ ਲਓ ਹੈ ਨਾ, ਜੇ ਤੁਸੀਂ ਉਬਰ ਈਟਸ ਕਰਨੀ ਹੈ ਜਾਂ ਮੈਨਿਊ ਲੋਕ ਕਰਨੀ ਹੈ ਜਾਂ ਹੈ ਨਾ ਉਂਜ ਵਰਤਣੀ ਹੈ ਡਿਲੀਵਰੀਆਂ ਦੀ ਜੋਬ ਕਰਨ ਵਾਸਤੇ, ਤਾਂ ਇਹ ਗੱਡੀ ਮੈਂ ਰੈਕਮੈਂਡ ਜਮੀ ਨਹੀਂ ਕਰਦਾ ਤੁਹਾਨੂੰ, ਕਿਉਂਕਿ ਬਾਈ ਖਰਚਾ ਜ਼ਿਆਦਾ ਇਹਦਾ, ਅਤੇ ਇਹਦੇ ਪਾਰਟ ਵੀ ਮਹਿੰਗੇ ਥੋੜ੍ਹੇ ਜਿਹੇ। ਅਤੇ ਮੈਂ ਲੈ ਲਈ, ਬਸ ਮੈਨੂੰ ਸ਼ੌਂਕ ਸੀ ਹੈ ਨਾ, ਅਤੇ ਜਿਹੜੀ ਮੈਂ ਜੋਬ ਕਰਦਾ ਫੈਂਸਿੰਗ ਦੀ, ਜ਼ਿਆਦਾਤਰ ਇਹ ਗੱਡੀਆਂ ਕੰਸਟਰਕਸ਼ਨ ਵਾਲਿਆਂ ਕੋਲ ਹੁੰਦੀਆਂ ਨੇ, ਕਿਉਂਕਿ ਇਹਦੇ ਪਿੱਛੇ ਉਹ ਲੱਗਿਆ ਹੁੰਦਾ ਹੈ ਹੁੱਕ ਜੀ ਪਾਉਣ ਵਾਲਾ, ਤਾਂ ਜੇ ਮੈਂ ਕੱਲ੍ਹ ਉਹਨੂੰ ਟ੍ਰੇਲਰ ਲੈ ਕੇ ਜਾਣਾ ਹੋਵੇ ਆਪਦਾ ਕੰਮ ਸਟਾਰਟ ਕਰਨਾ ਹੋਵੇ ਨਾ ਫੈਂਸਿੰਗ ਵਾਲਾ, ਤਾਂ ਇਹ ਯੂਜ਼ ਕਰ ਸਕਦੇ ਇਹਦੇ ਨਾਲ ਵੀ। ਅਤੇ ਬਾਕੀ ਤੁਸੀਂ ਚੁੱਪ ਕਰ, ਸੀਰੀ ਬੋਲ ਪਈ ਕਹਿੰਦੀ ਆਈ ਐਮ ਨੋਟ ਅੰਡਰਸਟੈਂਡ ਬਟ ਆਈ ਯੂ ਸੈਡ ਮਾਈ ਇੰਗਲਿਸ਼ ਗੁੱਡ। ਤਾਂ ਬਾਕੀ ਇਹਦੇ ਪਿੱਛੇ ਸਪੋਇਲਰ ਲਵਾਉਣਾ ਆ ਪਿਆ ਪਹਿਲਾਂ ਦਾ,
ਅਤੇ ਉਹ ਬਾਈ ਨੇ ਜਿਹ ਤੋਂ ਲਈ ਆ ਉਹ ਤੋਂ ਲਾਤਾ ਸੀ, ਅਤੇ ਪੇਮੈਂਟ ਇਹਦੀ ਅੱਜ ਪੂਰੀ ਡਨ ਹੋ ਜੂ ਹੈ ਨਾ, ਅੱਧ ਤੋਂ 80% ਪੈਸੇ ਦੇ ਦਿੱਤੇ ਉਹਨੂੰ, ਅਤੇ 20% ਅੱਜ ਟਰਾਂਜੈਕਸ਼ਨ ਕੱਲ੍ਹ, ਮਤਲਬ ਲਿਮਿਟ ਹੁੰਦੀ ਹੈ ਨਾ ਇੱਕ ਕਾਰਡ ਦੀ, ਤਾਂ ਕਰਕੇ ਵੱਧ ਪੈਸੇ ਕਢਾ ਨਹੀਂ ਸਕਦੇ ਜਾਂ ਭੇਜ ਨਹੀਂ ਸਕਦੇ ਸਟੂਡੈਂਟ ਵਾਲੇ ਕਰਕੇ। ਅਤੇ ਏਅਰਬੈਗ ਨਹੀਂ ਮੈਨੂੰ ਪਤਾ ਇਹਦੇ ਕਿੰਨੇ ਨੇ, ਮੈਂ ਗਿਣੇ ਨਹੀਂ, ਉਹ ਨਾ ਪੁੱਛਿਆ। ਹੌਲੀ ਹੌਲੀ ਮੈਨੂਅਲ ਬੁੱਕ ਪੜ੍ਹਾਂਗੇ ਫਿਰ ਰਿਵਿਊ 'ਚ ਦੱਸਾਂਗੇ, ਹਾਲੇ ਤਾਂ ਆਪਾਂ ਇਹ ਵੀਡੀਓ ਤਾਂ ਵੀ ਮੈਂ ਲਈ ਹੈ ਬਸ ਉਹ 'ਤੇ ਪਾਉਣ ਲੱਗ ਰਿਹਾ। ਅਤੇ ਇਹ ਤੋਂ ਬਾਅਦ ਕਾਲਜ ਜਾਵਾਂਗੇ ਨਾ, ਸਾਨੂੰ ਪੂਰਾ ਦਿਖਾਵਾਂਗੇ, ਕੀ ਕਹਿੰਦੇ ਹੁੰਦੇ ਨੇ, ਜਦੋਂ ਗੱਡੀ ਧੋ ਲਈ ਫਿਰ ਬਣਾਵਾਂਗੇ ਗੱਲ ਇਹਦੀ, ਫੋਟੋਆਂ ਵਾਲੀ ਉਦੋਂ ਜਾਣੇ ਵੀ ਦੋ ਹੋਵਾਂਗੇ। ਅਤੇ ਹੁਣ ਤਾਂ ਇਕੱਲਾ ਮੈਂ, ਬਾਕੀ ਗੁਰਦੁਆਰੇ ਆ। ਅਤੇ 10,000 ਦੀ ਪੈ ਜੂ ਕੁੱਲ ਮਿਲਾ ਕੇ ਬਾਈ ਸਾਰੀ ਗੱਡੀ ਇਹ, ਅਤੇ ਇੰਡੀਆ ਵਾਲਾ ਮੇਲਾ ਤਾਂ 5,60,000 ਹੋ ਗਿਆ। ਅਤੇ ਹੈ ਨਾ ਬਹੁਤ ਮਿਹਨਤ ਕਰੀ ਸੀ ਇਹਦੇ ਕਰਕੇ, 6-7 ਮਹੀਨਿਆਂ ਤੋਂ ਮੈਂ ਡੀਕ ਵੀ ਰਿਹਾ, ਜੁਲਾਈ ਤੋਂ ਲੱਗਿਆ ਸੀ ਮੈਂ ਪੈਸੇ ਇਕੱਠੇ ਕਰਨ, ਜੁੜੇ ਨਹੀਂ ਹੁਣ ਜਾ ਕੇ ਕਿਤੇ ਜੁੜੇ ਨੇ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ, ਆਹ ਇੰਟੀਰੀਅਰ ਇਹਦਾ, ਹੋਲਡਨ ਦਾ ਸਾਈਨ ਹੈ, ਅਤੇ ਕਰੂਜ਼ ਕੰਟਰੋਲ ਵੀ ਇਹ ਆ, ਇੱਥੋਂ ਲਾਈਟਾਂ ਚੱਲਦੀਆਂ ਇਹਦੀਆਂ, ਅਤੇ ਇਹਦਾ ਆਹ ਕੰਟਰੋਲ ਬਾਕੀ ਇੱਥੇ ਆ, ਬਾਕੀ ਗੱਡੀਆਂ ਦੇ ਉੱਥੇ ਹੁੰਦਾ, ਅਤੇ ਹੈ ਨਾ ਇਹਦਾ ਇੱਥੇ ਹੈ ਬਸ। ਹੋਰ ਮੈਂ ਕੋਈ ਨਹੀਂ, ਮੈਂ ਇਹਦੀ ਕੋਈ ਮੋਡੀਫਿਕੇਸ਼ਨ ਨਹੀਂ ਕਰਾਉਣੀ, ਸਾਰਾ ਕੁਛ ਪਿਆ ਹੋਇਆ। ਬਸ ਮੈਂ ਕੀ ਕਰਾਉਣਾ ਸੀ, ਸਪੀਕਰ ਦੇਖਣੇ ਨੇ ਇਹਦੇ, ਸਪੀਕਰ ਜ਼ਰੂਰ ਰਖਾਉਣਾ ਇੱਕ, ਕਿਉਂਕਿ ਇਹਦੇ ਸਪੀਕਰ ਨੇ ਥੋੜ੍ਹੇ ਜਿਹੇ ਡਾਊਨ ਨੇ, ਅਤੇ ਬਾਕੀ ਸਾਰਾ ਆਲ ਗੁੱਡ ਹੈ। ਅਤੇ ਜੇ ਕੋਈ ਹੋਰ ਮੋਡੀਫਿਕੇਸ਼ਨ ਕਰਾਈ ਹੋਣੀ, ਉਹ ਮੈਂ ਆਪਣੇ ਚੈਨਲ ਦੇ ਸਟੀਕਰ ਲਵਾਊਂਗਾ ਪਿੱਛੇ, ਬਸ ਨਵ ਤੇਤੀ ਬਲੋਗਸ ਜਾਂ ਲੋਗੋ ਲਵਾਵਾਂਗੇ। ਅਤੇ ਬਾਕੀ ਹਲੇ ਸਾਰਾ ਖਰਚਾ ਇੱਧਰ ਹੋ ਗਿਆ, ਹੁਣ ਫੀਸ ਮੈਂ ਭਰੀ ਹੋਈ ਸੀ, ਫੀਸ 'ਤੇ ਵੀ ਅਲੱਗ ਵੀਡੀਓ ਆ ਰਹੀ ਹੈ ਨਾ, ਅਤੇ ਫੀਸ ਮੇਰੀ ਸਾਰੀ ਡਨ ਸੀ, ਅਤੇ ਤਾਂ ਹੀ ਮੈਂ ਸਟੈਪ ਲਿਆ ਇਹ ਸਾਰਾ ਕੁਛ ਕਰਕੇ, ਕਿਉਂਕਿ ਹੁਣ ਅੱਗੇ ਫੀਸ ਨਹੀਂ ਭਰਨੀ, ਅਤੇ ਮਤਲਬ ਕੋਈ ਮੇਜਰ ਖਰਚਾ ਹੈ ਨਹੀਂ, ਵੀਜ਼ਾ ਵਧਾਉਣ ਦੀ ਵੀ ਨਹੀਂ ਲੋੜ ਮੈਨੂੰ, ਤਾਂ ਕਰਕੇ ਤਾਂ ਜੁੜੇ ਰਹੋ ਵੀਡੀਓ ਨਾਲ ਨਾ, ਇੰਜੋਏ ਕਰੋ। ਹਾਂਜੀ, ਅਤੇ ਹੁਣ ਹੈ ਨਾ ਮੇਰਾ ਕਾਲਜ ਖਤਮ ਹੋ ਗਿਆ, ਪਰ ਹੈ ਨਾ ਜਿਵੇਂ ਹੁਣ ਕਈ ਬੰਦੇ ਹੁੰਦੇ ਨੇ ਕਲਾਸਮੇਟ ਜਾਂ ਕੋਈ ਹੋਰ ਜਾਂ ਕੋਈ ਦੋਸਤ, ਅਤੇ ਕਈ ਤਾਂ ਨਾ ਬਹੁਤ ਮਤਲਬ ਵੀ ਤੈਂ ਐਪਰੀਸ਼ੀਏਟ ਕਰਦੇ ਨੇ ਵੀ ਤਾਂ ਗੱਡੀ ਲੈ ਲਈ ਹੈ ਨਾ, ਵਧੀਆ ਸਿਰਾ ਲਈ ਹੈ ਨਾ, ਕਿਵੇਂ ਵੀ। ਅਤੇ ਕਈ ਹੈ ਨਾ ਦੂਸਰੇ ਬੰਦੇ ਹੁੰਦੇ ਨੇ 2% 10 'ਚੋਂ ਮੰਨ ਲਓ 2, ਯਾਰ ਇਹ ਤਾਂ ਬਹੁਤ ਤੇਲ ਖਾਂਦੀ ਹੈ, ਇਹਦਾ ਖਰਚਾ ਬਹੁਤ ਹੈ ਵੀ, ਹੈ ਨਾ ਜਿਹੜੇ ਬੰਦੇ ਨੇ ਲਈ ਹੈ, ਮਤਲਬ ਜਿਹਨੇ ਲਈ ਹੈ ਜਿਹੜਾ ਪੈਸੇ ਲਾਉਣ ਲੱਗ ਰਿਹਾ, ਉਹਨੇ 100 ਵਾਰ 1,000 ਵਾਰ ਸੋਚਿਆ ਹੋਊਗਾ ਲੈਣ ਤੋਂ ਪਹਿਲਾਂ ਵੀ ਮੇਰਾ ਡਿਸੀਜਨ ਕੀ ਹੈ ਨਾ, ਵੀ ਮੈਨੂੰ ਇਹ ਗੱਡੀ ਲੈਣੀ ਚਾਹੀਦੀ ਹੈ ਜਾਂ ਨਹੀਂ, ਅਤੇ ਬਹੁਤ ਮਤਲਬ ਸੋਚ ਸਮਝ ਕੇ ਲਈ ਹੋਊਗੀ। ਅਤੇ ਹੈ ਨਾ ਕਿੱਦੇ ਤੁਸੀਂ ਮੰਨ ਲਓ ਗੱਡੀ ਲੈ ਕੇ ਆਇਆ ਇੱਕ ਬੰਦਾ ਹੈ ਨਾ, ਨਵੀਂ ਗੱਡੀ ਜਾਂ ਕੋਈ ਵੀ ਨਵੀਂ ਚੀਜ਼ ਲੈ ਕੇ ਆਇਆ, ਅਤੇ ਮੈਂ ਤੁਹਾਨੂੰ ਆ ਕੇ ਕਹਾਂ ਹੈ ਨਾ ਵੀ ਬਾਈ ਯਾਰ ਇਹ ਤਾਂ ਵਧੀਆ ਨਹੀਂ ਹੈਗੀ, ਜੇ ਉਹ ਲੈ ਕੇ ਆਉਂਦਾ ਸਿਰਾ ਸੀ ਗੱਲ ਉਹਦੀ ਸਿਰਾ ਸੀ ਹੈ ਨਾ, ਇਹ ਤਾਂ ਖਰਚਾ ਬਹੁਤ ਇਹਦਾ ਖਰਾਬ ਹੋਜੂ। ਚੱਲ ਹੈ ਨਾ ਜੇ ਤੁਸੀਂ ਮੰਨ ਲਓ ਬੰਦੇ ਨੂੰ ਸੁਝਾਅ ਦੇਣਾ, ਉਹਦਾ ਵੀ ਕੋਈ ਮਤਲਬ ਕੀ ਕਹਿੰਦੇ ਤਰੀਕਾ ਹੁੰਦਾ ਨਾ ਵੀ ਯਾਰ ਗੱਡੀ ਵਧੀਆ ਤੇਰੀ ਸਿਰਾ, ਪਰ ਤੈਨੂੰ ਹੈ ਨਾ ਵੀ ਆਪਾਂ ਤੂੰ ਸਟੂਡੈਂਟ ਵੀ ਇੱਥੇ ਹੈ ਵੀ ਇਹ ਤੇਲ ਜ਼ਿਆਦਾ ਖਾਂਦੀ ਹੈ ਜਾਂ ਇਹਦੀ ਆਹ ਨੁਕਸਾ ਹੈ, ਐਂ ਪਿਆਰ ਨਾਲ ਸਮਝਾਓ ਆਹ ਕੀ ਗੱਲ ਹੋਈ, ਤੈਂ 8,000 ਮਤਲਬ ਵੀ ਖਰਾਬ ਕਰਤਾ ਜਾਂ 10,000 ਖਰਾਬ ਕਰਤਾ ਜਾਂ ਤੂੰ ਪਛਤਾਏਗਾ ਹੈ ਨਾ, ਵੀ ਬੰਦਾ ਚੌ ਨਾ ਲੈ ਕੇ ਆਇਆ ਨਾ ਤੁਸੀਂ ਉਹਨੂੰ ਐਂ ਕਹਿਣ ਲੱਗ ਰਹੇ ਹੋ, ਤਾਂ ਇਹ ਡੀਮੋਟੀਵੇਟ ਕਰਨ ਵਾਲੀ ਗੱਲ ਹੈ। ਅਤੇ ਹੈ ਨਾ ਇਹ 2% ਬੰਦੇ ਨੇ ਆਪਾਂ ਇਹਨੂੰ ਇਗਨੋਰ ਕਰ ਦਿੰਦੇ ਨਾ, ਪਰ ਜਿਹੜੇ 8% ਸਿਰਾ ਕਹਿੰਦੇ ਨੇ ਜਾਂ ਸਹੀ ਕਹਿੰਦੇ ਨੇ, ਕੋਈ ਵੀ ਚੀਜ਼ ਹੈ ਇੱਕ ਪਰਟੀਕੁਲਰ, ਕਦੀ ਇਹਦੀ ਇਕੱਲੀ ਗੱਡੀ ਦੀ ਗੱਲ ਨਹੀਂ ਹੈਗੀ, ਹੋਰ ਵੀ ਬਹੁਤ ਚੀਜ਼ਾਂ ਦੇਖੀਆਂ ਨੇ ਮੈਂ, ਫੋਨ ਦੀ ਗੱਲ ਹੋ ਗਈ ਜਾਂ ਯੂਟਿਊਬ ਚੈਨਲ ਦੀ ਗੱਲ ਹੋ ਗਈ, ਵੀ ਕਹਿੰਦਾ ਉਵੇਂ ਭਕਾਈ ਮਾਰਦਾ ਰਹਿੰਦਾ ਹੈ ਨਾ ਵੀ ਬੇਇੱਜ਼ਤੀ ਕਰਦੇ ਨੇ ਮੇਰੇ ਮਜ਼ਾਕ ਦੀ, ਜਦੋਂ ਮੈਂ ਕਹਿੰਦਾ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈ ਨਾ, ਤਾਂ ਉਹ ਚੀਜ਼ਾਂ ਸਾਰੀਆਂ ਆ ਜਾਂਦੀਆਂ ਨੇ ਨਾ ਵਿੱਚ, ਪਰ ਐਪਰੀਸ਼ੀਏਟ ਕੋਈ ਨਹੀਂ ਕਰਦਾ ਨਾ ਵੀ ਹਾਂ ਯਾਰ ਤੂੰ ਯੂਟਿਊਬ ਤੋਂ ਇਨਕਮ ਲੈਂਦਾ, ਚਾਹੇ ਜਿੰਨੀ ਵੀ ਇਨਕਮ ਹੈ ਮੇਰੀ $4-5 ਬਣ ਜਾਂਦੇ ਨੇ ਮੈਨੂੰ ਇੱਕ ਵੀਡੀਓ ਦੇ, ਤਾਂ ਐਂ ਨਹੀਂ ਐਪਰੀਸ਼ੀਏਟ ਕਰਦਾ ਨਾ, ਫਿਰ ਵੀ ਯਾਰ ਮਤਲਬ ਸਮਝ ਨੈਗਟਿਵ ਕਿਹੜੀ ਚੀਜ਼ ਜ਼ਿਆਦਾ ਜਾਂਦੀ ਹੈ ਨਾ, ਜਿਵੇਂ ਉਹ ਕੁੜੀਆਂ ਨਾਲ ਮੇਰਾ ਲਾਈਵ ਹੋਇਆ ਸੀ, ਮੈਂ ਉਹਨਾਂ ਨੂੰ 4-5 ਵਾਰ ਕਮੈਂਟ ਕਰਿਆ ਵੀ ਮਤਲਬ ਅੱਜ ਕੱਲ੍ਹ ਵੀ ਲਵ ਫਰੋਮ ਆਸਟ੍ਰੇਲੀਆ, ਪਰ ਉਹ ਨਹੀਂ ਦੇਖਿਆ ਉਹਨਾਂ ਨੇ, ਮਤਲਬ ਨੈਗੇਟਿਵ ਕਿਹੜੀ ਚੀਜ਼ ਜ਼ਿਆਦਾ ਜਾਂਦੀ ਹੈ, ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਬੰਦੇ ਨੂੰ, ਚਾਹੇ ਉਹ ਕਿਸੇ ਕੋਈ ਵੀ ਗੱਡੀ ਲੈ ਕੇ ਆਇਆ। ਹੁਣ ਮੇਰੀ ਪਹਿਲਾਂ ਵਾਲੀ ਗੱਡੀ ਸੀ ਹੈ ਨਾ, ਉਹ 1600 ਦੀ 1400 ਦੀ ਲੈ ਕੇ ਆਇਆ ਸੀ ਮੈਂ, ਉਹ ਸਾਲ ਚਲਾਈ ਹੈ, ਕਿਵੇਂ ਮਰਜ਼ੀ ਉਹਦੇ ਮੈਂ $15,000-16,000 ਕਮਾਇਆ, ਜ਼ਿਆਦਾ ਹੀ ਕਮਾਇਆ, ਉਹ ਸਾਰੀਆਂ ਫੀਸਾਂ ਲਾਈਆਂ ਨੇ ਨਾ, ਸਾਰਾ ਕੁਛ ਕਰਿਆ, ਉਹ ਆਹ ਗੱਡੀ ਦੇ ਪੈਸੇ ਵੀ ਉਹ ਗੱਡੀ ਤੋਂ ਹੀ ਕਮਾਏ ਨੇ, ਅਤੇ ਹੈ ਨਾ ਚਲਾਨ ਚਲੂਨ ਸਾਰੇ ਭਰੇ ਨੇ, ਅਤੇ
ਹੌਲੀ ਹੌਲੀ ਬੰਦੇ ਨੂੰ ਮਤਲਬ ਕਈਆਂ ਦੇ ਸ਼ੌਂਕ ਹੁੰਦੇ ਨੇ, ਸ਼ੌਂਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ, ਉਹ ਵੀ ਗੱਲ ਨੋਟ ਕਰਨੀ ਚਾਹੀਦੀ ਹੈ। ਠੀਕ ਹੈ, ਇੰਡੀਆ 'ਚ ਵੀ ਸ਼ੌਂਕ ਡੈਡੀ ਨੇ ਪੂਰੇ ਪਕਵਾਏ ਨੇ, ਅਤੇ ਇੱਥੇ ਵੀ ਹੈ ਨਾ ਕੋਈ ਕਮੀ ਨਹੀਂ ਹੈਗੀ ਹੈ, ਸੁੱਖ ਨਾਲ ਵਧੀਆ ਕੰਮ ਕਾਰ ਕਰੀਦਾ। ਅਤੇ ਇੱਥੇ ਹੈ ਨਾ ਉਹ ਵੀ ਬੰਦੇ ਨੂੰ ਇੱਕ ਤਰ੍ਹਾਂ ਦਾ ਬੈਨੀਫਿਟ ਮਿਲ ਜਾਂਦਾ, ਮੈਂ ਆਪਦੇ ਸ਼ੌਂਕ ਪਕਾਉਣੇ ਨੇ ਤਾਂ ਮੈਂ ਆਪਦੇ ਪੈਸੇ ਆਪ ਖਰਚੇ ਨੇ, ਆਪ ਕਮਾਏ ਨੇ, ਤਾਂ ਇਹ ਨਹੀਂ ਕਹਿ ਸਕਦੇ ਵੀ ਬਾਪੂ ਦਾ ਪੈਸਾ ਹੈ ਨਾ। ਚਲੋ ਲੋਜੀਕਲੀ ਇਨਡਾਇਰੈਕਟਲੀ ਦੇਖਿਆ ਜਾਵੇ ਹੈਗਾ ਤਾਂ ਪੇਰੈਂਟਸ ਦਾ ਹੀ ਪੈਸਾ ਹੈ, ਪਰ ਹੈ ਨਾ ਆਪਾਂ ਆਪ ਜ਼ਿੰਮੇਵਾਰ ਹਾਂ ਵੀ ਮੈਂ ਕਿੰਨੇ ਕਮਾਉਣੇ ਨੇ, ਮੈਂ ਕਿੰਨੀ ਫੀਸ ਭਰਨੀ ਹੈ। ਤਾਂ ਬਈ ਮੇਰੀ ਹੈ ਨਾ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਜਿਨ੍ਹਾਂ ਨੇ ਵੀ ਦੇਖਦੇ ਨੇ ਵੀਡੀਓ 'ਚ ਦੇਖਣਗੇ, ਜਿਹੜੇ ਜਾਂ ਕਿਸੇ ਨੂੰ ਵੀ ਅੱਗੇ ਫਿਊਚਰ 'ਚ ਜੇ ਕੋਈ ਵੀ ਬੰਦਾ ਨਾ ਚੀਜ਼ ਲੈ ਕੇ ਉਹਨੂੰ ਡੀਮੋਟੀਵੇਟ ਨਾ ਕਰੋ ਬਾਅਦ 'ਚ, ਚਾਹੇ 10 ਜਦੋਂ 15 16 ਜਦੋਂ ਜਿੱਦਣ ਬੰਦਾ ਮਤਲਬ ਉਦੋਂ ਜਦੋਂ ਬੰਦਾ ਮਤਲਬ ਨਈ ਚੀਜ਼ ਲੈਂਦਾ ਨਾ ਉਦੋਂ ਉਹਨੂੰ ਕਹਿ ਦਿਓ ਵੀ ਵਧਾਈਆਂ ਭਾਈ, ਪਰ ਹੈ ਨਾ ਬਾਅਦ 'ਚ ਜਾਂ ਜਿੱਦਣ ਖਰਾਬ ਹੋ ਗਈ ਗੱਡੀ ਉਦਣ ਕਹਿ ਦਿਓ ਵੀ ਹਾਂ ਭਾਈ, ਜਾਂ ਲੈਣ ਤੋਂ ਪਹਿਲਾਂ ਕਹੋ। ਜਦੋਂ ਬੰਦਾ ਲੈ ਆਇਆ ਫਿਰ ਉਹਨੂੰ ਕਹਿਣ ਲੱਗ ਰਹੇ ਤੁਸੀਂ ਬਜ਼ਾਰ ਤਾਂ ਵਧੀਆ ਨਹੀਂ, ਤੂੰ ਹੋਰ ਲੈ ਕੇ ਆਉਣੀ ਸੀ, ਆਹ ਲੈ ਕੇ ਆਉਣੀ ਸੀ, ਹੈ ਨਾ। ਹਰੇਕ ਦੀ ਆਪਦੀ ਪਸੰਦ ਹੁੰਦੀ ਆ, ਹਰੇਕ ਦਾ ਆਪਦਾ ਦਿਮਾਗ ਹੁੰਦਾ, ਹਰੇਕ ਦੇ ਅੱਡ ਅੱਡ ਸ਼ੌਂਕ ਹੁੰਦੇ ਨੇ। ਜਿਵੇਂ ਉਹ ਪਾਣੀ ਵਾਲੀ ਐਗਜਾਮਪਲ ਬਹੁਤ ਪੁਰਾਣੀ ਆ ਉਹ, ਹੈ ਨਾ, ਉਹੀ ਗੱਲ ਹੈ। ਅਤੇ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਯਾਰ, ਵੀ ਹਰੇਕ ਨੂੰ ਐਪਰੀਸ਼ੀਏਟ ਕਰਿਆ ਕਰੋ, ਡੀਮੋਟੀਵੇਟ ਨਾ ਕਰਿਆ ਕਰੋ। ਯੂਟਿਊਬ ਵਾਲੀ ਗੱਲ ਵੀ ਲੈ ਲੈਣਾ ਮੈਂ ਵਿੱਚ, ਵੀ ਮੈਨੂੰ ਬੰਦੇ ਬਹੁਤ ਡੀਮੋਟੀਵੇਟ ਕਰਦੇ ਨੇ, ਪਰ ਮੈਂ ਹੁੰਦਾ ਨਹੀਂ, ਮੈਂ ਆਪਦੀ ਵੀਡੀਓ ਆਪਦੇ ਉਸੇ ਤਰੀਕੇ ਨਾਲ ਉਹੀ ਸੰਗਰੂਰ ਵਾਲੇ ਢੰਗ ਨਾਲ ਬੋਲੂੰ, ਜਿਹਨੂੰ ਨਹੀਂ ਵਧੀਆ ਲੱਗਦਾ ਬਈ ਨਾ ਦੇਖੇ। ਅੱਜ ਤੱਕ ਤਾਂ ਉਂਝ ਸਾਰਿਆਂ ਨੂੰ ਵਧੀਆ ਹੀ ਲੱਗਦਾ, ਹੈ ਨਾ, ਇਹੀ ਗੱਲ ਨਹੀਂ ਵੀ ਕਿਸੇ ਨੂੰ ਨਾ ਵਧੀਆ ਲੱਗਦਾ ਹੋਵੇ, ਕਿਉਂਕਿ ਯਾਰ ਹੈਲਪਫੁੱਲ ਕੰਟੈਂਟ ਪਾਉਣਾ ਮੈਂ। ਅਤੇ ਇਹ ਗੱਡੀ 'ਚ ਵੀ ਇਹ ਵੀਡੀਓ ਵੀ ਹੈਗੀ, ਜੇ ਮੈਂ ਬਣਾ ਸਕਦਾ ਹੋਵੇ ਆਪਦੀ ਸ਼ੋਅ ਆਫ 'ਤੇ ਬਣਾ ਸਕਦਾ ਵੀ, ਪਰ ਇਹ ਵੀਡੀਓ ਨੂੰ ਵੀ ਮੈਂ ਕਿਤੇ ਕਿਤੇ ਨਾ ਹੈਲਪਫੁੱਲ ਬਣਾਊਂਗਾ, ਕਿਵੇਂ ਨਾ ਕਿਵੇਂ ਕਰਕੇ, ਚਾਹੇ ਲਾਸਟ ਭਾਗ ਹੈਲਪਫੁੱਲ ਫੁੱਲ ਬਣਾ ਦਾਂ ਚਾਹੇ ਕਿਵੇਂ। ਅਤੇ ਹੈ ਨਾ ਇੰਸਟਾ 'ਤੇ ਮੈਂ ਬਹੁਤ ਹੈਲਪ ਕਰਦਾ ਯਾਰ, ਤਾਂ ਬਈ ਐਪਰੀਸ਼ੀਏਟ ਕਰਿਆ ਕਰੋ, ਡੀਮੋਟੀਵੇਟ ਨਾ ਕਰਿਆ ਕਰੋ ਬੰਦੇ ਨੂੰ, ਹੱਥ ਛੁੱਟ ਕੇ ਤੁਹਾਨੂੰ ਬੇਨਤੀ ਹੈ, ਹੈ ਨਾ। ਅਤੇ ਅੱਜ ਤੱਕ ਜਿੰਨੀਆਂ ਮੈਂ ਵੀਡੀਓ ਪਾਈਆਂ ਨੇ ਇੱਕ ਦੋ ਨੂੰ ਛੱਡ ਕੇ ਸਾਰੀਆਂ ਬੰਦਿਆਂ ਨੂੰ ਮੋਟੀਵੇਟ ਕਰਨ ਵਾਲੀਆਂ ਨੇ। ਅਤੇ ਇੱਕ ਦੋ ਵੀ ਮੈਂ ਐਕਸਪੈਰੀਮੈਂਟ ਕਰਿਆ ਸੀ ਵੀ ਨੈਗੇਟਿਵ ਚੀਜ਼ ਉੱਤੇ ਜਾਂਦੀ ਹੈ ਜਾਂ ਨਾ, ਨੈਗ੟ਟਿਵ ਚੀਜ਼ ਬਈ ਉੱਪਰ ਜਾਂਦੀ ਹੈ ਨਾ, ਪਤਾ ਨਹੀਂ ਕੀ ਚੱਕਰ ਹੈ, ਨੈਗੇਟਿਵ ਚੀਜ਼ ਨੂੰ ਜ਼ਿਆਦਾ ਲੋਕ ਪਸੰਦ ਕਰਦੇ ਨੇ ਜਾਂ ਕਿਵੇਂ। ਅਤੇ ਅੱਗੇ ਤੋਂ ਮੈਂ ਨੈਗੇਟਿਵ ਚੀਜ਼ ਨਾ ਪਾਉਣੀ ਹੈ, ਠੀਕ ਹੈ, ਚਾਹੇ ਵਿਊ ਆਉਣ ਨਾ ਆਉਣ। ਮੈਂ ਆਪਦਾ ਕੀ ਕਹਿੰਦੇ ਹੁੰਦੇ ਨੇ, ਉਹ ਭੁੱਲ ਗਿਆ ਸੀ ਯਾਰ ਵੀ ਮੈਂ ਕਿਉਂ ਯੂਟਿਊਬ ਸਟਾਰਟ ਕਰੀ ਸੀ, ਮੈਂ ਹੈਲਪ ਵਾਸਤੇ ਸਟਾਰਟ ਕਰੀ ਸੀ, ਕਿਉਂ ਜੇ ਹੈਲਪ ਕਰੂੰਗਾ ਆਪ ਹੀ ਮੇਰਾ ਚੈਨਲ ਗਰੋ ਹੋਊਗਾ, ਦੂਜਿਆਂ ਵਾਂਗੂ ਨਹੀਂ ਵੀ ਭੈਣ ਚੋਂ ਨੰਗੀਆਂ ਦੀਆਂ ਫੋਟੋਆਂ ਦਿਖਾ ਕੇ ਵਿਊ ਲੈਣਾ, ਉਹ ਗੱਲ ਨਹੀਂ ਹੈਗੀ ਆਪਣੀ। ਤਾਂ ਯਾਰ ਜੁੜੇ ਰਿਹਾ ਕਰੋ, ਸਪੋਰਟ ਕਰਾਇਆ ਕਰੋ, ਥੈਂਕ ਯੂ, ਮੈਂ ਜ਼ਿਆਦਾ ਪ੍ਰਭਾਵਿਤ ਹੋ ਗਿਆ। ਪਰ ਯਾਰ ਬੁਰਾ ਲੱਗਦਾ ਨਾ ਜਦੋਂ ਤੁਹਾਨੂੰ ਕਹੇ ਕੋਈ, ਤੁਸੀਂ ਪੈਸੇ ਲਾ ਕੇ ਗੱਡੀ ਲਈ ਹੋਵੇ ਯਾਰ, ਤੁਹਾਨੂੰ ਕੋਈ ਕਹੇ ਯਾਰ ਤੂੰ ਤਾਂ ਬੇਕਾਰ ਕੰਮ ਕਰਦਾ। ਵੀਡੀਓ ਦਾ ਐਂਡ ਕਰਦਾ ਜੀ, ਬਹੁਤ ਥੱਕ ਗਏ ਹੈ ਨਾ, ਅਤੇ ਰਾਤ ਵੀ ਮੈਂ ਲੇਟ ਸੁੱਤਾ ਸੀ, ਉਹ ਤੋਂ ਪਹਿਲਾਂ ਵੀ ਮੇਰੀ ਜੋਬ ਸੀ, ਅੱਜ ਵੀ ਰਾਤ ਨੂੰ ਜੋਬ ਆ, ਤਾਂ ਕਰਕੇ ਧੁੰਨ ਧੁੰਨ ਗਈ ਨਹੀਂ ਹੈ ਨਾ। ਫਿਰ ਕਦੇ ਰਿਵਿਊ 'ਤੇ ਕਿਤੇ ਹੁਣ ਆਪਾਂ ਹੀ ਕਰਾਂਗੇ ਗੱਡੀ ਬਾਰੇ ਵੀਡੀਓ, ਆ ਵੀ ਕਿੰਨਾ ਤੇਲ ਖਾਂਦੀ ਹੈ ਨਾ, ਵੀ ਕਿੰਨਾ ਖਰਚਾ ਆਉਂਦਾ ਇਹਦਾ, ਕਿੰਨੀ ਮੈਂਟੇਨੈਂਸ, ਸਾਰੀ ਰਿਵਿਊ ਪਾਵਾਂਗੇ ਇੱਕ ਮਹੀਨੇ ਬਾਅਦ ਜਾਂ ਹਫ਼ਤੇ ਬਾਅਦ, ਅਤੇ ਮੇਰੀ ਪੁਰਾਣੀ ਗੱਡੀ ਨੂੰ ਕੰਪੇਅਰ ਕਰਾਂਗੇ ਇਹਦੇ ਨਾਲ, ਹੈ ਨਾ। ਅਤੇ ਬਾਕੀ ਬਸ ਵੀਡੀਓ ਦਾ ਇੱਥੇ ਐਂਡ ਕਰ ਦੇਣਾ, ਜੇ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰ ਦਿਓ। ਅਤੇ ਇੱਕ ਹੈ ਨਾ, ਜੇ ਸਟੂਡੈਂਟ ਨੇ ਮਤਲਬ ਗੱਡੀ ਲੈਣੀ ਹੈ ਨਾ ਕਿਸੇ ਨੇ ਵੀ, ਤਾਂ ਮਾਰਕੀਟ ਪਲੇਸ ਗਮਟਰੀ ਅਤੇ ਗਰੁੱਪ ਬਣੇ ਹੁੰਦੇ ਨੇ ਬਾਕੀ ਫੇਸਬੁੱਕ 'ਤੇ, ਇੱਥੇ ਕਾਰਜ਼ ਇਨ ਪਰਥ, ਕਾਰਜ਼ ਅੰਡਰ 5K, ਕਾਰਜ਼ ਅੰਡਰ 2K, ਹੋਲਡਨ ਪਾਰਟਸ, ਐਵੇਂ ਕਰਕੇ ਗਰੁੱਪ ਬਣੇ ਹੁੰਦੇ ਨੇ। ਤਾਂ ਜਦੋਂ ਤੁਸੀਂ ਇੱਥੇ ਆਓਗੇ ਤੁਹਾਨੂੰ ਪਤਾ ਲੱਗ ਜੂ, ਹੈ ਨਾ। ਜਦੋਂ ਤੁਸੀਂ ਮੈਸੇਜ ਕਰੋਗੇ ਵੀ ਅਵੇਲੇਬਲ, ਫਿਰ ਤੁਸੀਂ ਟੈਸਟ ਡਰਾਈਵ ਕਰਕੇ ਦੇਖ ਕੇ ਸਾਰੀ ਗੱਡੀ ਖਰੀਦ ਸਕਦੇ ਹੋ ਨਾ। ਅਤੇ ਜਦੋਂ ਖਰੀਦ ਲਈ ਉਹਨੂੰ ਪੈਸੇ ਦੇ, ਫਿਰ ਇੱਕ ਦੋ ਫਾਰਮ ਹੁੰਦੇ ਨੇ, ਇੱਕ ਹੋਊਗਾ ਨੀਲੇ ਰੰਗ ਦਾ, ਇੱਕ ਹੋਊਗਾ ਲਾਲ ਰੰਗ ਦਾ। ਨੀਲੇ ਰੰਗ ਦਾ ਹੈ ਨਾ ਭਰਿਆ ਜਾਊਗਾ ਉਹ, ਅਤੇ ਵਿੱਚ ਕਾਰਬਨ ਪੇਪਰ ਲਾ ਕੇ ਇੱਕੋ ਜਿਹਾ, ਦੋਵੇਂ ਨੀਲਾ ਅਤੇ ਲਾਲ। ਅਤੇ ਨੀਲਾ ਬੰਦਾ ਜਿਹੜੀ ਤੋਂ ਗੱਡੀ ਲੈ ਕੇ ਆਇਆ ਆਪਾਂ ਉਹ ਰੱਖ ਲੂਗਾ, ਅਤੇ ਜਿਹੜਾ ਲਾਲ ਹੋਊਗਾ ਨਾ ਉਹ ਆਪਾਂ ਨੇ ਜਮ੍ਹਾਂ ਕਰਾ ਕੇ ਆਉਣਾ ਹੋਊਗਾ RTO ਨਾਲ, ਆਪਣਾ ਪਾਸਪੋਰਟ ਅਤੇ ਲਾਇਸੈਂਸ ਲੈ ਕੇ ਜਾਣਾ ਹੋਊ। ਅਤੇ ਜਦੋਂ ਜਮ੍ਹਾਂ ਕਰਾਇਆ ਏ, ਹੈ ਨਾ, ਬਸ ਉਹ ਤੋਂ ਬਾਅਦ ਆਪਣੀ ਗੱਡੀ ਨਾ ਹੋ ਜੂ, ਅਤੇ ਜਿੰਨੀ ਦੀ ਗੱਡੀ ਦੀ ਕੀਮਤ ਉਸ ਹਿਸਾਬ ਨਾਲ ਟੈਕਸ ਲੱਗਦਾ ਹੈ। ਅਤੇ ਬਾਕੀ ਬਸ ਆਹੀ ਸੀ। ਅਤੇ ਵੀਡੀਓ 'ਤੇ ਨਾ ਜੇ ਤੁਸੀਂ ਉਰੇ ਤੱਕ ਆਏ ਹੋ, ਬਹੁਤ ਬਹੁਤ ਤੁਹਾਡਾ ਦਿਲੋਂ ਧੰਨਵਾਦ ਹੈ, ਸਲੂਟ ਆ। ਤੁਸੀਂ ਮੈਨੂੰ $4-5 ਕਮਾਉਣ ਦਾ ਮੌਕਾ ਦਿੱਤਾ, ਐਡਾ ਤੁਸੀਂ ਬਹੁਤ ਦੇਖੀ ਆਉਣੀ ਚੰਗਾ। ਸਬਸਕ੍ਰਾਈਬ ਕਰ ਦਿਓ ਫਿਰ ਜੇ ਅੱਜ ਇੱਥੇ ਤੱਕ ਆਏ ਗਏ। ਧੰਨਵਾਦ।